ਸਟਾਰਟ। ਭਾਰਤ ਇੱਕ ਵੱਡਾ ਲੋਕਤੰਤਰੀ ਦੇਸ਼ ਹੈ। ਡੰਡੀ ਕਿਸੇ ਵੀ ਲੋਕਤੰਤਰ ਵਿੱਚ ਸਦਾਚਾਰਕ ਅਤੇ ਨੈਤਿਕ ਕਦਰਾਂ ਕੀਮਤਾਂ ਦਾ ਸਿਹਤਮੰਦ ਹੋਣਾ ਪ੍ਰਸ਼ਾਸਨਿਕ ਪ੍ਰਣਾਲੀ ਦੇ ਸਿਹਤਮੰਦ ਹੋਣ ਦੀ ਨਿਸ਼ਾਨੀ ਕਹੀ ਜਾ ਸਕਦੀ ਹੈ। ਡੰਡੀ ਭਾਰਤੀ ਸੰਵਿਧਾਨ ਵਿੱਚ ਵਾਰ ਵਾਰ ਅਜਿਹਾ ਉਲੇਖ ਕੀਤਾ ਗਿਆ ਹੈ। ਡੰਡੀ ਸਾਡੇ ਸੰਵਿਧਾਨ ਨਿਰਮਾਤਾਵਾਂ ਦੀ ਵੀ ਅਜਿਹੀ ਹੀ ਤਵੱਕੋ ਸੀ। ਡੰਡੀ ਸਾਲ 1951-52 ਵਿੱਚ ਲੋਕ ਸਭਾ ਦੀਆਂ ਹੋਈਆਂ ਚੋਣਾਂ ਸਮੇਂ ਵੀ ਨੈਤਿਕ ਕਦਰਾਂ ਕੀਮਤਾਂ ਨੂੰ ਹੀ ਮੁੱਖ ਰੱਖਿਆ ਗਿਆ ਸੀ। ਡੰਡੀ ਉਸ ਸਮੇਂ ਪਾਰਟੀ ਛੱਡਣ ਜਾਂ ਦੂਸਰੀ ਪਾਰਟੀ ਵਿੱਚ ਸ਼ਾਮਲ ਹੋਣ ਨੂੰ ਚੰਗਾ ਨਹੀਂ ਸੀ ਸਮਝਿਆ ਜਾਂਦਾ। ਡੰਡੀ ਸਿਆਸੀ ਪਾਰਟੀਆਂ ਵੀ ਇਸ ਪੱਖੋਂ ਪੂਰੀ ਤਰ੍ਹਾਂ ਸੁਚੇਤ ਸਨ। ਡੰਡੀ ਉਮੀਦ ਤਾਂ ਇਹ ਕੀਤੀ ਜਾਂਦੀ ਸੀ ਕਿ ਆਉਣ ਵਾਲੇ ਸਮੇਂ ਵਿੱਚ ਅਜਿਹੀਆਂ ਭਾਵਨਾਵਾਂ ਹੋਰ ਮਜ਼ਬੂਤ ਹੋਣਗੀਆਂ, ਪਰ ਸਮੇਂ ਦੇ ਬੀਤਣ ਨਾਲ ਲਗਾਤਾਰ ਇਹਨਾਂ ਵਿੱਚ ਨਿਘਾਰ ਆਉਂਦਾ ਗਿਆ। ਡੰਡੀ ਇਸ ਵਿੱਚ ਸਿਆਸੀ ਪਾਰਟੀਆਂ ਦਾ ਵੀ ਵੱਡਾ ਹੱਥ ਮੰਨਿਆ ਜਾਂਦਾ ਹੈ। ਡੰਡੀ ਇਹੀ ਕਾਰਨ ਹੈ ਕਿ ਅੱਜ ਵੀ ਬਹੁਤੀਆਂ ਪਾਰਟੀਆਂ ਵੱਲੋਂ ਖੜੇ ਕੀਤੇ ਜਾਂਦੇ ਅਨੇਕਾਂ ਉਮੀਦਵਾਰਾਂ ਦਾ ਪਿਛੋਕੜ ਸਾਫ਼ ਸੁਥਰਾ ਨਹੀਂ ਹੁੰਦਾ, ਸਗੋਂ ਉਹਨਾਂ ਉੱਤੇ ਸਮੇਂ ਸਮੇਂ ਅਨੇਕਾਂ ਦੋਸ਼ ਵੀ ਲੱਗਦੇ ਰਹੇ ਹੁੰਦੇ ਹਨ। ਡੰਡੀ ਅੱਜ ਵੀ ਵੱਡੀ ਗਿਣਤੀ ਵਿੱਚ ਪਾਰਟੀਆਂ ਵੱਲੋਂ ਖੜੇ ਕੀਤੇ ਗਏ ਚੋਖੇ ਉਮੀਦਵਾਰ ਦਾਗੀ ਪਿਛੋਕੜ ਵਾਲੇ ਹੁੰਦੇ ਹਨ। ਡੰਡੀ ਇੱਥੋਂ ਤੱਕ ਕਿ ਉਹਨਾਂ ਉੱਤੇ ਕਈ ਜੁਰਮਾਂ ਅਧੀਨ ਮੁਕੱਦਮੇ ਵੀ ਚੱਲਦੇ ਰਹੇ ਜਾਂ ਚੱਲ ਰਹੇ ਹੁੰਦੇ ਹਨ। ਡੰਡੀ ਇਹ ਵੀ ਵੇਖਣ ਵਿੱਚ ਆਇਆ ਹੈ ਕਿ ਕਈ ਸਜ਼ਾ ਯਾਫਤਾ ਰੈਡੀ ਸਟਾਰਟ ਵਿਅਕਤੀ ਵੀ ਸਿਆਸਤ ਵਿੱਚ ਚਮਕਦੇ ਸਿਤਾਰੇ ਬਣ ਜਾਂਦੇ ਹਨ। ਡੰਡੀ ਅਕਸਰ ਇਹ ਕਿਹਾ ਜਾਂਦਾ ਹੈ ਕਿ ਜਿਸ ਤਰ੍ਹਾਂ ਦੇ ਲੋਕ ਹੋਣਗੇ ਸਰਕਾਰ ਉਸੇ ਤਰ੍ਹਾਂ ਦੀ ਬਣੇਗੀ। ਡੰਡੀ ਜੇਕਰ ਕਿਸੇ ਵੀ ਸਰਕਾਰ ਵਿੱਚ ਪ੍ਰਤੀਬੱਧਤਾ ਦੀ ਘਾਟ ਵਾਲੇ ਵਿਅਕਤੀ ਸ਼ਾਮਲ ਹੋਣਗੇ ਤਾਂ ਉਹ ਉਸ ਦੀਆਂ ਨੀਤੀਆਂ ਨੂੰ ਵੀ ਨਾ ਪੱਖੀ ਢੰਗ ਨਾਲ ਹੀ ਕਰਨਗੇ। ਡੰਡੀ ਅੱਜ ਹਰ ਤਰ੍ਹਾਂ ਦੇ ਸਿਆਸਤਦਾਨਾਂ ਵੱਲੋਂ ਆਪਣੇ ਮੁਫਾਦਾਂ ਲਈ ਪਾਰਟੀਆਂ ਬਦਲਣ ਦੇ ਸਿਲਸਿਲੇ ਨੂੰ ਵੀ ਇਸੇ ਸੰਦਰਭ ਵਿੱਚ ਦੇਖਿਆ ਜਾ ਸਕਦਾ ਹੈ। ਡੰਡੀ ਹੁਣ ਹੋ ਰਹੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਦੇਸ਼ ਭਰ ਵਿੱਚ ਸੈਂਕੜੇ ਹੀ ਅਜਿਹੇ ਉਮੀਦਵਾਰ ਮਿਲ ਜਾਣਗੇ ਜਿਨ੍ਹਾਂ ਨੇ ਮੌਕਾ ਪ੍ਰਸਤੀ ਦੀਆਂ ਭਾਵਨਾਵਾਂ ਅਧੀਨ ਪਾਲਾ ਬਦਲਿਆ ਹੈ। ਡੰਡੀ ਬੇਹੱਦ ਦੁੱਖ ਵਾਲੀ ਗੱਲ ਇਹ ਹੈ ਕਿ ਅਜਿਹਾ ਕੁਝ ਕਰਨ ਵਿੱਚ
ਅੱਜ ਵੱਡੀਆਂ ਸਿਆਸੀ ਪਾਰਟੀਆਂ ਵੀ ਸ਼ਾਮਲ ਹਨ ਜੋ ਦਲ ਬਦਲੀ ਨੂੰ ਉਤਸ਼ਾਹਿਤ ਕਰ ਰਹੀਆਂ ਹਨ। ਡੰਡੀ ਕਿਸੇ ਵੀ ਪਾਰਟੀ ਨੂੰ ਆਪਣੇ ਜਿੱਤੇ ਹੋਏ ਉਮੀਦਵਾਰਾਂ ਨੂੰ ਸੰਭਾਲਣ ਲਈ ਵਿਸ਼ੇਸ਼ ਯਤਨ ਕਰਨੇ ਪੈਂਦੇ ਹਨ। ਡੰਡੀ ਇੱਥੋਂ ਤੱਕ ਕਿ ਪਾਰਟੀ ਨਾਲ ਸੰਬੰਧਿਤ ਮੈਨੇਜਰ ਉਹਨਾਂ ਨੂੰ ਦੂਰ ਦੁਰਾਡੀਆਂ ਥਾਵਾਂ ਉੱਤੇ ਲੈ ਜਾਂਦੇ ਹਨ, ਜਿਸ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਅੱਜ ਸਿਆਸਤ ਵਿੱਚ ਬੇਵਿਸ਼ਵਾਸੀ ਅਤੇ ਮੌਕਾ ਪ੍ਰਸਤੀ ਦਾ ਦੌਰਾ ਹੈ। ਡੰਡੀ ਇਹਨਾਂ ਚੋਣਾਂ ਦੌਰਾਨ ਪੰਜਾਬ ਵਿੱਚ ਵੀ ਹੁਣ ਤੱਕ ਅਨੇਕਾਂ ਵਾਰ ਅਤੇ ਵਾਰ ਅਜਿਹਾ ਕੁਝ ਵੇਖਣ ਨੂੰ ਮਿਲ ਰਿਹਾ ਹੈ। ਡੰਡੀ ਟਿਕਟਾਂ ਦੀ ਦੌੜ ਵਿੱਚ ਪਿੱਛੇ ਰਹਿ ਗਏ ਵਿਅਕਤੀ ਆਪਣੀ ਪਾਰਟੀ ਨੂੰ ਬਦਲਣ ਵਿੱਚ ਦੇਰ ਨਹੀਂ ਲਗਾਉਂਦੇ। ਡੰਡੀ